ਵਿੱਚੋਂ ਮੇਲ ਮਲਾਪ ਆਉਂਦਾ ਸੁੱਕੇ ਚਮਨ ਦੇ ਖਿਲਨ ਨੂੰ ਈਦ ਕਹਿੰਦੇ ਪਰ ਜਿਹੜੇ ਖੁੱਲ ਗਏ ਜ਼ਖਮ ਜਰਾਨ ਵਾਲੇ ਉਹਨਾਂ ਜ਼ਖਮਾਂ ਦੇ ਸਿਲਨ ਨੂੰ ਈਦ ਕਹਿੰਦੇ ਕਰਦੇ ਹੱਥ ਜੋੜੀ ਉਹ ਸਜਣ ਤੋੜ ਤੋੜੀ ਸੀਨਾ ਸੀਨੇ ਨਾਲ ਛਿਲਨ ਨੂੰ ਈਦ ਈਦ ਬਸੰਤ ਐ ਆਸ਼ਿਕਾਂ ਦੀ ਦੋਵਾਂ ਦਿਲਾਂ ਦੇ ਮਿਲਨ ਨੂੰ ਈਦ ਕਹਿੰਦੇ ਅਸੀਂ ਈਦ ਬਸੰਤ ਐ ਆਸ਼ਿਕਾਂ ਦੀ ਦੋਵਾਂ ਦਿਲਾਂ ਦੇ ਮਿਲਨ ਨੂੰ ਈਦ ਕਹਿੰਦੇ ਇੱਥੇ ਸ਼ਹਿਰ ਨਿਗਾਲ ਆਖਿਆ ਸਜਣਾ ਲੰਮੀਆਂ ਨੀ ਜੁਦਾਈਆਂ ਤੱਕ ਲੈ ਰਲ ਕੇ ਸਈਆਂ ਆਈਆਂ ਤੱਕ ਰਲ ਕੇ ਸਈਆਂ ਆਈਆਂ ਨਾਲੇ ਸਈਆਂ ਰਲ ਕੇ ਪੀਂਘਾਂ ਪਾ ਰਹੀਆਂ ਕਿਹੜੀਆਂ ਜਿਨ੍ਹਾਂ ਨੇ ਸੰਗੀ ਦੋਸਤ ਕੋਲ ਖੁਸ਼ੀ ਨਾਲ ਲਾਰੇ ਪਵਾ ਰਹੀਆਂ ਜਿਨ੍ਹਾਂ ਨੇ ਨਹੀਂ ਉਹ ਖਤ ਲਿਖ ਕੇ ਦਾਰ ਵਿੱਚ ਪਾ ਰਹੀਆਂ ਲੇਕਿਨ ਜਿਨ੍ਹਾਂ ਨੇ ਸੰਗੀ ਦੋਸਤ ਕੋਲ ਨਹੀਂ ਅਜ਼ੀਜ਼ ਉਹ ਅੱਥੋਂ ਆਪਣੀਆਂ ਅੱਖਾਂ ਚ ਵਰਸਾ ਕੇ ਈਦ ਮਨਾ ਰਹੀਆਂ ਸ਼ਾਇਰ ਮੁਹਤਰਮ ਦੀ ਗੱਲ ਓਏ ਆਈ ਈਦ ਬੜੀ ਗੁਮਨਾਮ ਵਾਲੀ ਸਭ ਸਹੇਲੀਆਂ ਰਲ ਪੀਂਘਾਂ ਓਏ ਪਾਉਣ ਪਈਆਂ ਜਿਨ੍ਹਾਂ ਦੇ ਯਾਰ ਪਰਦੇਸ ਬੈਠੇ ਉਹਦੇ ਲਿਖ ਲਿਖ ਚਿੱਠੀਆਂ ਡਾਕ ਵਿੱਚ ਪਾਉਣ ਪਈਆਂ ਤੇ ਜਿਨ੍ਹਾਂ ਦੇ ਯਾਰ ਕੋਲ ਬੈਠੇ ਉਹਦੇ ਖੁਸ਼ੀਆਂ ਨਾਲ ਲਾਰੇ ਖਵਾਉਣ ਪਈਆਂ ਦੇ ਯਾਰ ਨਹੀਂ ਕੋਲ ਸਿਰ ਤੇ ਉਹਦੇ ਰੋ ਰੋ ਅਥਰੂ ਬਰਸਾਨ ਪਈਆਂ ਜਿਨ੍ਹਾਂ ਦੇ ਯਾਰ ਨਹੀਂ ਕੋਲ ਸਿਰ ਉਹਦੇ ਰੋ ਰੋ ਅਥਰੂ ਬਰਸਾਨ ਪਈਆਂ ਕਿਉਂ ਬਰਸਾਣੀਆਂ ਕਿ ਲੋਕਾਂ ਦੀ ਤਕਲੀਆਂ ਦੀ ਖੁਸ਼ੀ ਵਿੱਚ ਕਿਹੜੀ ਖੁਸ਼ੀ ਵਿੱਚ ਕੁਝ ਲੋਕ ਮਰੀ ਨੂੰ ਜਾਂਦੇ ਜਾ ਕੇ ਉੱਤੇ ਕੋਲ ਤੂੰ ਲਾਂਦੇ ਜਾ ਕੇ ਉੱਤੇ ਕੋਲ ਤੂੰ ਲਾਂਦੇ ਨਾਲੇ ਰਹਿਣਾਈ ਤੇ ਕਿਹੜੀ ਕਾਰੀ
تکو بلے اناج نقشیاں وچ اللہ بخشے رہنائی تے کلکاری تے کس طرح اوے کھڑکڑ ہسنے کھلا گلاب دیا کلیاں مستی چڑھائی تے کیڑی کاری سعید کرسان جے وہ چنی رنگائی تے کیڑی کاری اوے پنڈ بن کے کھلا پھلکاریاں دی او ساری سرے تے چائی تے کیڑی کاری تے کیوں ٹھوکرایا سی نو مارنا اے وہ تیری عید جے آئی تے کیڑی کاری کیڑی کاری اے میرے محبوب لوگ مینو اس طرح ویکھنے دا اثر ہے کس طرح لوکی تک تک مینو ہستے آپ خوشیاں دے وچ وستے آپ خوشیاں دے وچ وستے